ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਯੂਟਿਊਬ ਚੈਨਲ 'ਤੇ। ਤਾਂ ਬਾਈ ਜੀ ਕਰੋ ਨੋਟ, ਅੱਜ ਹੋਣ ਵਾਲੇ ਕਬੱਡੀ ਕੱਪ। ਸਭ ਤੋਂ ਪਹਿਲਾਂ ਦੋਸਤੋ, ਅੱਜ ਵਧੀਆ ਕਬੱਡੀ ਕੱਪ ਹੋਣ ਜਾ ਰਿਹਾ ਹੈ ਪਿੰਡ ਜੇਠੂਗੇ, ਜ਼ਿਲ੍ਹਾ ਬਠਿੰਡਾ ਵਿਖੇ। ਇੱਥੇ ਅੱਜ ਓਪਨ ਕਬੱਡੀ ਦੇ ਮੈਚ ਕਰਵਾਏ ਜਾਣਗੇ ਅਤੇ 3 ਖਿਡਾਰੀ ਬਾਹਰੋਂ ਖੇਡ ਸਕਦੇ ਨੇ। ਓਪਨ ਕਬੱਡੀ ਦੇ ਲਈ ਪਹਿਲਾ ਇਨਾਮ 71,000, ਦੂਜਾ ਇਨਾਮ 51,000 ਅਤੇ ਬੈਸਟਾਂ ਨੂੰ ਇੱਥੇ ਮੋਟਰਸਾਈਕਲ ਦਿੱਤੇ ਜਾਣਗੇ। ਬਾਕੀ ਦੋਸਤੋ, ਜੇਕਰ ਆਪਾਂ ਇੱਥੇ ਪਲੇਅਰਾਂ ਦੀ ਗੱਲ ਕਰੀਏ ਤਾਂ ਅੱਜ ਇੱਥੇ ਸਕਰਪੁਰ ਦੀ ਟੀਮ ਖੇਡੇਗੀ, ਜਿਸ ਦੇ ਵਿੱਚ ਸਾਜੀ ਸਕਰਪੁਰ, ਫਰਿਆਦ ਹੋਰੀ, ਕਾਕਾ ਸ਼ਕਰਪੁਰ ਹੋਰੀ ਅਤੇ ਭੂਰੀ ਅਸੀਸਰ ਹੋਰੀ ਖੇਡਣਗੇ। ਇਸ ਤੋਂ ਇਲਾਵਾ ਅੱਜ ਇੱਥੇ ਜਸ਼ਨ ਆਲਮਗੀਰ, ਜੋਧਾ ਸੁਰਖਪੁਰ, ਵਹਿਗੁਰੂ ਸੀਚੇਵਾਲ, ਕਮਲ ਨਵੇਂ ਪਿੰਡ ਅਤੇ ਇਹ ਵੀ ਖੇਡਣਗੇ ਅਤੇ ਇਹਨਾਂ ਦੇ ਨਾਲ ਮੰਨਾ ਵੱਲ ਨਾਓ ਵੀ ਖੇਡ ਸਕਦਾ ਹੈ। ਬਾਕੀ ਦੋਸਤੋ, ਜੇਕਰ ਆਪਾਂ ਸੀਲੂ ਹੋਰਾਂ ਦੀ ਗੱਲ ਕਰੀਏ ਤਾਂ ਸੀਲੂ ਹੋਰੀ ਅੱਜ ਹਰਿਆਣਾ ਦੇ ਵਿੱਚ ਖੇਡਣਗੇ। ਹਰਿਆਣਾ ਦੇ ਵਿੱਚ ਕੋਈ ਕਬੱਡੀ ਟੂਰਨਾਮੈਂਟ ਹੈ ਪਿੰਡ ਕਿਲੋਈ ਮੰਡਾਕ ਧਾਮ, ਜ਼ਿਲ੍ਹਾ ਰੋਹਤਕ ਵਿਖੇ। ਇੱਥੇ ਅੱਜ ਖੇਡਣਗੇ ਸੀਲੂ ਹੋਰੀ, ਸੁਨੀਲ ਧਮਧਾਨ ਸਾਹਿਬ, ਮਨੀਸ਼ ਬਾਹੂ, ਅਮਿਤ ਫੌਜੀ, ਪ੍ਰਵੇਸ਼ ਬਾਹੂ ਅਤੇ ਸੁਰਿੰਦਰ ਹੋਰੀ। ਤਾਂ ਦੋਸਤੋ, ਇਹ ਟੀਮ ਅੱਜ ਹਰਿਆਣਾ ਦੇ ਵਿੱਚ ਖੇਡੇਗੀ। ਇਸ ਤੋਂ ਇਲਾਵਾ ਦੋਸਤੋ, ਅੱਜ ਇੱਥੇ 65 ਕਿਲੋ ਦੇ ਮੈਚ ਵੀ ਹੋਣਗੇ ਅਤੇ 2 ਖਿਡਾਰੀ ਬਾਹਰੋਂ ਖੇਡ ਸਕਦੇ ਨੇ। ਤਾਂ ਦੋਸਤੋ, ਇਹਨਾਂ ਮੈਚਾਂ ਦਾ ਲੈਬ ਚੱਲ ਸਕਦਾ ਹੈ ਕਬੱਡੀ 365 'ਤੇ। ਉਸ ਤੋਂ ਅੱਗੇ ਬਾਈ ਜੀ, ਅੱਜ ਵਧੀਆ ਕਬੱਡੀ ਕੱਪ ਹੋਣ ਜਾ ਰਿਹਾ ਹੈ ਪਿੰਡ ਸੰਢੋਆ ਵਿਖੇ। ਇੱਥੇ ਅੱਜ ਆਲ ਓਪਨ ਕਬੱਡੀ ਦੇ ਮੈਚ ਕਰਵਾਏ ਜਾਣਗੇ। ਆਲ ਓਪਨ ਦੇ ਲਈ ਪਹਿਲਾ ਇਨਾਮ 71,000, ਦੂਜਾ ਇਨਾਮ 51,000 ਅਤੇ ਬੈਸਟਾਂ ਨੂੰ ਇੱਥੇ LEDਾਂ ਦਿੱਤੀਆਂ ਜਾਣਗੀਆਂ। ਤਾਂ ਬਾਈ ਜੀ, ਇਹਨਾਂ ਮੈਚਾਂ ਦਾ ਲੈਬ ਚੱਲ ਸਕਦਾ ਹੈ ਪੰਜਾਬ ਲੈਬਾਂ 'ਤੇ। ਉਸ ਤੋਂ ਅੱਗੇ ਬਾਈ ਜੀ, ਅੱਜ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਿੰਡ ਕੁਲਥਮ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ। ਇੱਥੇ ਅੱਜ ਓਪਨ ਦੀਆਂ ਸੱਦੀਆਂ ਹੋਈਆਂ 8 ਟੀਮਾਂ ਦੇ ਮੈਚ ਕਰਵਾਏ ਜਾਣਗੇ। ਤਾਂ ਦੋਸਤੋ, ਇਹਨਾਂ ਮੈਚਾਂ ਦਾ ਲੈਬ ਚੱਲੇਗਾ ਘੁਮਾਣ TV 'ਤੇ। ਉਸ ਤੋਂ ਅੱਗੇ ਬਾਈ ਜੀ, ਅੱਜ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਿੰਡ ਗਦੜਿਆਣੀ, ਜ਼ਿਲ੍ਹਾ ਸੰਗਰੂਰ ਵਿਖੇ। ਇੱਥੇ ਜੀ 45 ਕਿਲੋ ਅਤੇ 55 ਕਿਲੋ ਦੇ ਮੈਚ ਕਰਵਾਏ ਜਾਣਗੇ ਅਤੇ 1-1 ਖਿਡਾਰੀ ਬਾਹਰੋਂ ਖੇਡ ਸਕਦਾ ਹੈ। 55 ਕਿਲੋ ਦੇ ਲਈ ਪਹਿਲਾ ਇਨਾਮ 7100, ਦੂਜਾ ਇਨਾਮ 5100। ਉੱਥੇ ਹੀ 45 ਕਿਲੋ ਦੇ ਲਈ ਪਹਿਲਾ ਇਨਾਮ 4500 ਅਤੇ ਦੂਜਾ ਇਨਾਮ 3500 ਰੁਪਈਆ ਰੱਖਿਆ ਗਿਆ ਹੈ। ਉਸ ਤੋਂ ਅੱਗੇ ਬਾਈ ਜੀ, ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਬੱਗੀ ਰੂਲਤੂ, ਜ਼ਿਲ੍ਹਾ ਬਠਿੰਡਾ ਵਿਖੇ। ਇੱਥੇ ਅੱਜ 54 ਕਿਲੋ ਅਤੇ 43 ਕਿਲੋ ਦੇ ਮੈਚ ਕਰਵਾਏ ਜਾਣਗੇ। 54 ਕਿਲੋ ਦੇ ਲਈ ਪਹਿਲਾ ਇਨਾਮ 4100, ਦੂਜਾ ਇਨਾਮ 3100। ਉੱਥੇ ਹੀ 43 ਕਿਲੋ ਦੇ ਲਈ ਪਹਿਲਾ ਇਨਾਮ 3100 ਅਤੇ ਦੂਜਾ ਇਨਾਮ 2100 ਰੁਪਈਆ ਰੱਖਿਆ ਗਿਆ ਹੈ। ਉਸ ਤੋਂ ਅੱਗੇ ਬਾਈ ਜੀ, ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਧਮਧਾਨ ਸਾਹਿਬ ਵਿਖੇ। ਇੱਥੇ ਅੱਜ ਮਿੰਨੀ ਓਪਨ ਕਬੱਡੀ ਦੇ ਮੈਚ ਕਰਵਾਏ ਜਾਣਗੇ ਅਤੇ 2 ਖਿਡਾਰੀ ਬਾਹਰੋਂ ਖੇਡ ਸਕਦੇ ਨੇ। ਮਿੰਨੀ ਓਪਨ ਦੇ ਲਈ ਪਹਿਲਾ ਇਨਾਮ 21,000, ਦੂਜਾ ਇਨਾਮ 15,000, ਤੀਜਾ ਅਤੇ ਚੌਥਾ ਇਨਾਮ 2100 ਰੁਪਈਆ ਰੱਖਿਆ ਗਿਆ ਹੈ। ਤਾਂ ਦੋਸਤੋ, ਇਹ ਸੀ ਅੱਜ ਹੋਣ ਵਾਲੇ ਕੁਝ ਕਬੱਡੀ ਦੇ ਮੈਚ। ਬਾਕੀ ਬਾਈ, ਹੋਰ ਆਉਣ ਵਾਲੇ ਕਬੱਡੀ ਕੱਪਾਂ ਦੀ ਜਾਣਕਾਰੀ ਦੇ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਸ ਤੋਂ ਇਲਾਵਾ ਦੋਸਤੋ, ਆਪਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਨਾਲ।